ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਇਨਫੋ ਪੰਜਾਬ ਚੈਨਲ ਇਨਫੋ ਪੰਜਾਬ ਚੈਨਲ ਉਪਰ ਅਸੀਂ ਤੁਹਾਡੇ ਲਈ ਨਿਸ਼ਟਾ ਅਨਸਰ ਕੀ ਕੋਰਸ ਨੰਬਰ 10 ਲੈ ਕੇ ਆਏ ਹਾਂ ਸੋ ਇਸ ਕੋਰਸ ਨੂੰ ਟੈਂਡ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਆਪ ਇੱਕ ਇੱਕ ਅਲੱਗ ਫੋਨ ਤੇ ਇਸ ਵੀਡੀਓ ਨੂੰ ਦੇਖੋ ਔਰ ਨਾਲ ਨਾਲ ਦੂਸਰੇ ਫੋਨ ਤੇ ਕੋਰਸ ਕਰੋ ਤਾਂ ਕਿ ਤੁਸੀਂ ਬਹੁਤ ਆਸਾਨੀ ਨਾਲ ਇਸ ਕੋਰਸ ਨੂੰ ਕੰਪਲੀਟ ਕਰ ਸਕਦੇ ਹੋ ਸੋ ਇਸ ਨਾਲ ਨਾਲ ਆਪ ਜੀ ਨੇ ਇੱਕ ਵਾਰ ਕੁਐਸਟ ਕਰ ਕਿਸ ਚੈਨਲ ਨੂੰ ਜਿਸ ਦਾ ਨਾਮ ਹੈ ਇਨਫੋ ਪੰਜਾਬ ਇਸ ਨੂੰ ਸਬਸਕ੍ਰਾਈਬ ਜਰ ਕਰ ਲਿਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਦੇ ਹੋਰ ਇਨਫੋਰਮੇਟਿਵ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਜਿਹੜੇ ਆਗੂ ਪ੍ਰਭਾਵਸ਼ਾਲੀ ਸਕੂਲ ਮਾਪਿਆਂ ਦੀ ਸ਼ਮੂਲੀਅਤ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਇਹ ਕਹਿਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ ਕਿ ਉੱਤਰ ਹੈ ਜੀ 2 ਸਾਰੇ ਮਾਪੇ ਆਪਣੇ ਬੱਚਿਆਂ ਦਾ ਸਮਰਥਨ ਕਰਦੇ ਕਰ ਸਕਦੇ ਹਨ ਸੋ ਅਗਲਾ ਪ੍ਰਸ਼ਨ ਹੈ ਜੀ ਸੰਚਾਰ ਦੀ ਸ਼ਮੂਲੀਅਤ ਦੀ ਕਿਸਮ ਵਿੱਚ ਕੀ ਸ਼ਾਮਲ ਹੈ ਉੱਤਰ ਹੈ ਜੀ ਪਹਿਲੇ ਨੰਬਰ ਤੇ ਬੱਚਿਆਂ ਦੇ ਪੋਰਟਫੋਲੀਓ ਬਾਰੇ ਮਾਪਿਆਂ ਨਾਲ ਨਿਯਮਤ ਤੌਰ ਤੇ ਗੱਲਬਾਤ ਕਰਨਾ ਸੋ ਅਗਲਾ ਪ੍ਰਸ਼ਨ ਹੈ ਜੀ ਕਿਸ ਹੁਨਰ ਨੂੰ ਪ੍ਰਵੇਸ਼ ਹੁਨਰ ਮੰਨਿਆ ਜਾ ਸਕਦਾ ਹੈ ਜੋ ਰਸਮੀ ਸਕੂਲ ਪ੍ਰਕਿਰਿਆ ਵਿੱਚ ਬੱਚੇ ਦੇ ਦਾਖਲੇ ਨੂੰ ਦਰਸਾਉਂਦਾ ਹੈ ਸੂਤਰ ਹੈ 2 ਨੰਬਰ ਤੇ ਫੰਡਾਮੈਂਟਲ ਲਿਟਰੇਸੀ ਐਂਡ ਸਕਿਲਸ ਬੁਨਿਆਦੀ ਪੜ੍ਹਨਾ ਤੇ ਲਿਖਣ ਦੇ ਹੁਨਰ ਸੋ ਅਗਲਾ ਪ੍ਰਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜਾ ਸੰਖਿਆ ਸ਼ਾਸਤਰੀ ਅਗਵਾਈ ਦੇ ਢਾਂਚੇ ਦਾ ਹਿੱਸਾ ਨਹੀਂ ਹੈ ਸੂਤਰ ਹੈ ਜੀ ਵਿਗਿਆਨ ਪ੍ਰਯੋਗਸ਼ਾਲਾਾਂ ਵਿੱਚ ਪ੍ਰਮੁੱਖ ਪ੍ਰਯੋਗ ਅਗਲਾ ਪ੍ਰਸ਼ਨ ਹੈ ਜੀ ਸਹਿਯੋਗੀ ਅਗਵਾਈ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਡੈਸ਼ ਹੈ ਸੋ ਉੱਤਰ ਹੈ ਜੀ 3 ਨੰਬਰ ਤੇ ਹਿੱਸੇਦਾਰਾਂ ਵਿਚਕਾਰ ਆਪਸੀ ਵਿਸ਼ਵਾਸ ਅਤੇ ਸਤਿਕਾਰ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਪਰਿਵਰਤਨਸ਼ੀਲ ਲਗਵਾਈ ਲਈ ਸਹੀ ਨਹੀਂ ਹੈ ਸੋ ਉੱਤਰ ਹੈ ਜੀ 4 ਨੰਬਰ ਤੇ ਵਿੱਤੀ ਪ੍ਰਬੰਧਨ ਹੁਣ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਹਿੱਸੇਦਾਰਾਂ ਦੇ ਨਾਲ ਸਹਿਯੋਗੀ ਪ੍ਰਕਿਰਿਆਵਾਂ ਨੂੰ ਡੈਸ਼ ਨਾਲ ਉਸਤਾਹਿਤ ਕੀਤਾ ਜਾ ਸਕਦਾ ਹੈ 2 ਨੰਬਰ ਉੱਤਰ ਹੈ ਜੀ ਵਿਦਿਆਰਥੀਆਂ ਦੇ ਸਿੱਖਣ ਪ੍ਰਣਾਮ ਲਈ ਸਾਂਝੀ ਜ਼ਿੰਮੇਵਾਰੀ ਸੋ ਅਗਲਾ ਪ੍ਰਸ਼ਨ ਹੈ ਜੀ ਸ਼ੁੱਧਤਾ ਗਤੀ ਸਮੀਕਰਨ ਅਤੇ ਸਮਝ ਦੇ ਨਾਲ ਪਾਠ ਨੂੰ ਪੜਨ ਦੀ ਯੋਗਤਾ ਜੋ ਬੱਚਿਆਂ ਨੂੰ ਪਾਠ ਤੋਂ ਅਰਥ ਬਣਾਉਣ ਲਈ ਅਗੇ ਰੰਦੀ ਹੈ ਦਾ ਹਵਾਲਾ ਇਹਦਾ ਉੱਤਰ ਹੈ 3 ਨੰਬਰ ਤੇ ਪੜਨ ਦਾ ਪ੍ਰਵਾ ਅਗਲਾ ਪ੍ਰਸ਼ਨ ਹੈ ਜੀ ਦ੍ਰਿਸ਼ਟੀਕੋਣ ਵਾਰੇ ਹੇਠਾਂ ਦਿੱਤੇ ਕਤਨਾ ਵਿੱਚੋਂ ਕਿਹੜਾ ਸੱਚ ਨਹੀਂ ਹੈ ਸੋਤਰੇ ਹੀ 4 ਨੰਬਰ ਤੇ ਦ੍ਰਿਸ਼ਟੀਕੋਣ ਲਈ ਕੋਈ ਨਿਸ਼ਚਿਤ ਸਮਾਸੀਮਾ ਨਹੀਂ ਹੈ ਅਗਲਾ ਪ੍ਰਸ਼ਨ ਹੈ ਜੀ ਲੀਡਰਸ਼ਿਪ ਦੇ ਕਿਹੜੇ ਮਾਡਲ ਵਿੱਚ ਬੱਚਿਆਂ ਦੇ ਸੱਭਿਆਚਾਰਕ ਅਤੇ ਪਾਸ਼ਾਈ ਪਿਸ਼ੂਕਰ ਦੇ ਆਧਾਰ ਤੇ ਸਕੂਲੀ ਪ੍ਰਕਿਰਮਾ ਨੂੰ ਡਿਜ਼ਾਈਨ ਕਰਨ ਵਾਲੇ ਗਲ ਸੂਤਰੀ 4 3 ਨੰਬਰ ਸੰਦਰਭ ਵਿਸ਼ੇਸ਼ ਅਗਵਾਈ ਅਗਲਾ ਪ੍ਰਸ਼ਨ ਹੈ ਜੀ ਇੱਕ ਬੱਚਾ ਖੱਬੇ ਹੱਥ ਨਾਲ ਲਿਖਦਾ ਹੈ ਅਤੇ ਇਸ ਨਾਲ ਕੰਮ ਕਰਨ ਵਿੱਚ ਆਰਾਮਦਾਇਕ ਮਹਿਸੂਸ ਕਰਦਾ ਹੈ ਬੱਚੇ ਨੂੰ ਡੈਜ਼ ਕਰਨਾ ਚਾਹੀਦਾ ਹੈ ਤਰਜੀਹ ਨੂੰ ਉਸ਼ਾਹਿਤ ਕਰਨਾ 3 ਨੰਬਰ ਉੱਤਰ ਅਗਲਾ ਪ੍ਰਸ਼ਨ ਹੈ ਜੀ ਸਕੂਲ ਵਿੱਚ ਸਵੇਰ ਦੀ ਆਮਦ ਨੂੰ ਬਰਕਰਾਰ ਰੱਖਣ ਲਈ ਪਹਿਲੀ ਜਮਾਤ ਦੇ ਵਿਦਿਆਪਕ ਦੁਆਰਾ ਏੜੀ ਰਣਨੀਤੀ ਬਣਾਉਣੀ ਚਾਹੀਦੀ ਹੈ ਸੋ 4 ਨੰਬਰ ਉੱਤਰ ਜੀ ਬੱਚਿਆਂ ਲਈ ਰੋਜ਼ਾਨਾ ਆਗਮਨ ਕਾਰਜਾਂ ਦੀ ਸਥਾਪਨਾ ਅਗਲਾ ਪ੍ਰਸ਼ਨ ਹੈ ਅਗਲਾ ਪ੍ਰਸ਼ਨ ਹੈ ਜੀ फाउंडेशन लिटरेसी एंड न्यूमरसी दी धारणा डैश ਦੇ ਬੱਚਿਆਂ ਤੇ ਲਾਗੂ ਨਹੀਂ ਹੁੰਦੀ ਸੋ ਇੱਕ ਨੰਬਰ ਉੱਤਰ ਹੈ 3 ਤੋਂ 9 ਸਾਲ ਦੀ ਉਮਰ ਵਰਗ ਅਗਲਾ ਪ੍ਰਸ਼ਨ ਹੈ ਜੀ ਸੰਖਿਆ ਸ਼ਾਸਤਰੀ ਆਗਵਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਕੂਲ ਦੀ ਸਾਰੀਆਂ ਪ੍ਰੋਗਰਾਮਾਂ ਵਿੱਚ ਤੋਂ ਉੱਤਰ ਹੈ ਇੱਕ ਨੰਬਰ ਬੱਚਾ ਕੇਂਦਰ ਵਿੱਚ ਹੈ ਐਫ ਐਲ ਐਨ ਦੇ ਸੰਦਰਭ ਵਿੱਚ ਬਾਲਗ ਅਤੇ ਬੱਚੇ ਵਿਚਕਾਰ ਕੀ ਸੰਬੰਧ ਹੋਣਾ ਚਾਹੀਦਾ ਹੈ ਦੋ ਨੰਬਰ ਉੱਤਰ ਜੀ ਪੈ ਮੂਖਤ ਅਤੇ ਆਨੰਦਮਈ ਅਗਲਾ ਪ੍ਰਸ਼ਨ ਹੈ ਜੀ ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਐਫ ਐਲ ਐਨ ਦੇ ਵਿਕਾਸ ਟੀਚਾ ਨਹੀਂ ਹੈ ਸੋ ਚਾਰ ਨੰਬਰ ਉੱਤਰ ਜੀ ਬੱਚਾ ਪ੍ਰਭਾਵਸ਼ਾਲੀ ਪਾਠਕ ਬਣਦੇ ਹਨ ਬੱਚੇ ਪ੍ਰਭਾਵਸ਼ਾਲੀ ਪਾਠਕ ਬਣਦੇ ਹਨ ਸੋ ਅਗਲਾ ਪ੍ਰਸ਼ਨ ਹੈ ਜੀ ਸਕੂਲ ਵਿੱਚ ਸਕੂਲ ਬੱਚਿਆਂ ਦੀ ਸੰਖਿਆ ਵਿੱਚ ਬੱਕੋ ਬਕਰੇ ਪਰਿਵਾਰਾਂ ਨੂੰ ਕਿਵੇਂ ਸ਼ਾਮਲ ਕਰ ਸਕਦੇ ਹਨ ਸੋ ਚਾਰ ਨੰਬਰ ਉੱਤਰ ਜੀ ਵਿਦਿਆਰਥੀਆਂ ਨੂੰ ਸਿਰਫ ਹੋਮਵਰਕ ਦੇ ਕੇ ਅਗਲਾ ਪ੍ਰਸ਼ਨ ਹੈ ਜੀ ਇਨ੍ਹਾਂ ਵਿੱਚੋਂ ਕਿਹੜੀ ਧਾਰਨਾ ਸਕੂਲ ਵਿੱਚ ਐਫ ਐਲ ਐਨ ਦੀ ਅਗਵਾਈ ਕਰਨ ਲਈ ਟੁਕ ਵੀ ਨਹੀਂ ਹੈ ਸੋ ਚੌਥਾ ਉੱਤਰ ਹੈ ਜੀ ਬੱਚਾ ਭਾਈਚਾਰੇ ਅਤੇ ਮਾਪਿਆਂ ਨਾਲ ਸੰਚਾਰ ਨਹੀਂ ਕਰਨਾ ਅਗਲਾ ਪ੍ਰਸ਼ਨ ਹੈ ਜੀ एफएलएन ਦੇ ਸੰਦਰਭ ਵਿੱਚ ਸਕੂਲ ਵਿਕਾਸ ਯੋਜਨਾ ਲਈ ਇਹਨਾਂ ਵਿੱਚੋਂ ਕਿਹੜਾ ਜ਼ਰੂਰੀ ਹੈ ਸੋ 4 ਨੰਬਰ ਤੋਂ ਹੀ 3 ਤੋਂ 9 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਵਿਕਾਸ ਸੰਬੰਧੀ ਅਗਲਾ ਪ੍ਰਸ਼ਨ ਹੈ ਜੀ ਬੱਚਿਆਂ ਦੀ ਤਰਕਤਾਰ ਕਰਨ ਦੀ ਯੋਗਤਾ ਅਤੇ ਰੋਜ਼ਾਨਾ ਜੀਵਨ ਵਿੱਚ ਸੁਧਾਰਨ ਸੰਖਿਆਤਮਕ ਧਾਰਨਾ ਨੂੰ ਲਾਗੂ ਕਰਨ ਦੀ ਯੋਗਤਾ ਡੈਸ਼ ਦਾ ਹਿੱਸਾ ਹੈ ਸੋ ਉੱਤਰ ਹੈ ਜੀ 2 ਨੰਬਰ ਬੁਨਿਆਦੀ ਸੰਖਿਆ ਜਮਾਤ ਤੀਜੀ ਦੇ ਬੱਚਿਆਂ ਲਈ ਸਿੱਖਣ ਦੀ ਇੱਕ ਮਹੱਤਵਪੂਰਨ ਪੜਾਹ ਹੈ ਕਿਉਂਕਿ a ਡੈਸ਼ ਤੋਂ ਇੱਕ ਤਬਦੀਲੀ ਨੂੰ ਦਰਸਾਉਂਦਾ ਹੈ ਸੋ ਉੱਤਰ ਹੈ ਜੀ 1 ਨੰਬਰ ਪੜ੍ਹਨ ਲਈ ਸਿੱਖੋ ਤੋਂ ਸਿੱਖਣ ਲਈ ਪੜੋ ਸਕੂਲ ਵਿਕਾਸ ਯੋਜਨਾ ਇੱਕ ਸਕੂਲ ਆਧਾਰਿਤ ਗਤੀਵਿਧੀ ਹੈ ਜੋ ਸਕੂਲ ਆਗੂ ਦੁਆਰਾ ਕੀਤੀ ਜਾਂਦੀ ਹੈ ਸੂਤਰ ਈ ਚਾਰ ਨੰਬਰ ਵਿਦਿਆਰਥੀ ਦੀ ਆਪਕ ਮਾਪਿਆਂ ਤੇ ਭਾਈਚਾਰੇ ਇੱਕ ਸੰਖ ਸਿੱਖਿਆ ਸ਼ਾਸਤਰੀ ਆਗੂ ਦੀ ਭੂਮਿਕਾ ਕੀ ਹੈ ਸੂਤਰ ਈ ਦੋ ਨੰਬਰ ਸਿੱਖਿਆ ਸ਼ਾਸਤਰੀ ਅਭਿਆਸਾਂ ਬਾਰੇ ਅਧਿਆਪਕਾਂ ਨੂੰ ਪੜਾਓ ਸੋ ਅਗਲਾ ਪ੍ਰਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜੀ ਸੰਖਿਆ 3 ਤੋਂ 9 ਸਾਲ ਦੀ ਉਮਰ ਦੇ ਬੱਚਿਆਂ ਲਈ ਢੁਕਮੀ ਨਹੀਂ ਹੈ ਸੂਤਰ ਈ ਚਾਰ ਨੰਬਰ ਸੋਕਰਾਤ ਸੰਵਾਦ ਅਗਲਾ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਜਮਾਤਾਂ ਵਿੱਚ ਬਚੀਆਂ ਕਿਹੜੀਆਂ ਪ੍ਰਥਾਵਾਂ ਬੁਨਿਆਦੀ ਉਮਰ ਦੇ ਬੱਚਿਆਂ ਲਈ ਵਿਕਾਸ ਪੱਖੋਂ ਉਚਿਤ ਹੋਣਗੀਆਂ ਸੋ ਉੱਤਰ ਹੈ ਚਾਰ ਨੰਬਰ ਹੌਲੀ ਹੌਲੀ ਨਵੇਂ ਸੰਕਲਪਾਂ ਨੂੰ ਪੇਸ਼ ਕਰਨਾ ਅਗਲਾ ਪ੍ਰਸ਼ਨ ਹੈ ਜੀ ਇੱਕ ਸਕੂਲ ਮੁਖੀ ਨੂੰ 3 ਤੋਂ 9 ਸਾਲ ਦੀ ਉਮਰ ਦੇ ਬੱਚਿਆਂ ਦੇ ਡੈਜ਼ ਮੁਲਿਆंकन ਦਾ ਆਯੋਜਨ ਕਰਨਾ ਚਾਹੀਦਾ ਹੈ ਸੋ ਉੱਤਰ ਹੈ ਜੀ ਇੱਕ ਨੰਬਰ ਸ਼ਕਤੀਆਂ ਲੋੜਾਂ ਅਤੇ ਰੁਚੀਆਂ ਦਾ ਅਗਲਾ ਪ੍ਰਸ਼ਨ ਹੈ ਜੀ ਅਧਿਆਪਕਾਂ ਨੂੰ ਅਜਿਹੀ ਨਵੀਂ ਜਾਣਕਾਰੀ ਪੇਸ਼ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਬੱਚਿਆਂ ਨਾਲ ਜੋੜਨਾ ਚਾਹੀਦਾ ਹੈ ਜੋ ਉੱਤਰ ਹੈ ਜੀ ਇੱਕ ਨੰਬਰ ਪਹਿਲਾਂ ਹੀ ਪਤਾ ਹੈ ਸੋ ਅਗਲਾ ਪ੍ਰਸ਼ਨ ਹੈ ਜੀ ਸਕੂਲ ਮੁਖੀ ਪ੍ਰਾਇਮਰੀ ਸਕੂਲ ਅਧਿਆਪਕ ਨਾਲ ਪ੍ਰਭਾਵਸ਼ਾਲੀ ਸੰਬੰਧ ਕਿਵੇਂ ਬਣ ਸਕਦਾ ਹੈ ਸੋ ਉੱਤਰ ਹੈ ਜੀ ਕਿ ਨੰਬਰ ਬੱਚਿਆਂ ਦੀਆਂ ਵਿਕਾਸ ਸੰਬੰਧੀ ਲੋੜਾਂ ਬਾਰੇ ਗਲਵਤ ਕਰਕੇ ਅਗਲਾ ਪ੍ਰਸ਼ਨ ਹੈ ਜੀ ਸਕੂਲ ਆਗੂ ਤੈਨ ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਨੂੰ ਡੈਸ਼ ਦੁਆਰਾ ਸ਼ਾਮਲ ਕਰ ਸਕਦਾ ਹੈ ਸੋ ਉੱਤਰ ਹੈ ਜੀ 2 ਨੰਬਰ ਖੇਡਾਂ ਖੇਡਦਾਰਤ ਸਿੱਖਿਆ ਸ਼ਾਸਤਰ ਅਗਲਾ ਪ੍ਰਸ਼ਨ ਹੈ ਜੀ ਸਿੱਖਿਆ ਸ਼ਾਸਤਰੀ ਅਗਵਾਈ ਮੁਹਾਰਤ ਦਾ ਇੱਕ ਵਿਆਪਕ ਖੇਤਰ ਹੈ ਜਿਸ ਵਿੱਚ ਇੱਕ ਆਗੂ ਦੀ ਲੋੜ ਹੁੰਦੀ ਹੈ ਜਿਸ ਸਕੂਲ ਉਤਰਾ ਜੀ 1 ਨੰਬਰ 3 ਤੋਂ 9 ਸਾਲ ਦੀ ਉਮਰ ਦੇ ਬੱਚਿਆਂ ਲਈ ਲਾਭਦਾਇਕ ਅਗਲਾ ਪ੍ਰਸ਼ਨ ਹੈ ਜੀ 3 ਤੋਂ 9 ਸਾਲ ਦੇ ਉਮਰ ਦੇ ਬੱਚਿਆਂ ਲਈ ਵਿਚਰਦੇ ਹੋਏ ਇੱਕ ਆਗੂ ਦਾ ਸਹੀ ਰਵੱਈਆ ਕੀ ਹੋਣਾ ਚਾਹੀਦਾ ਹੈ ਸੋ ਉਤਰ ਹੈ 3 ਨੰਬਰ ਇੱਕ ਸਕਾਰਾਤਮਕ ਅਤੇ ਲਚਕਦਾਰ ਮਾਨਸਿਕਤਾ ਅਗਲਾ ਪ੍ਰਸ਼ਨ ਹੈ ਜੀ ਸਕੂਲ ਅਗਵਾਈ ਕੀ ਕਰ ਸਕਦੀ ਹੈ ਸੋ ਉਤਰ ਹੈ 3 ਨੰਬਰ ਬੱਚਿਆਂ ਵਿੱਚ ਮਜ਼ਬੂਤ ਬੁਨਿਆਦੀ ਸਿੱਖਣ ਯੋਗਤਾ ਅਗਲਾ ਪ੍ਰਸ਼ਨ ਹੈ ਜੀ FLN ਨੂੰ ਮਜ਼ਬੂਤ ਕਰਨ ਲਈ ਸਕੂਲ ਅਗਵਾਈ ਲਈ ਕਿਹੜਾ ਮਾਡਲ ਉਚਿਤ ਨਹੀਂ ਸੂਤਰੀ ਤਾਂ 4 ਨੰਬਰ ਵਿਦਿਆ ਕਗਵਾਈ ਅਗਲਾ ਪ੍ਰਸ਼ਨ ਹੈ ਜੀ ਸਕੂਲ ਆਗੁਨ ਦਾ ਕਿਹੜਾ ਗੁਣ ਬੁਨਿਆਦੀ ਪੜਾਅ ਦੀ ਸਖਲਾਈ ਲਈ ਟਕਮ ਨਹੀਂ ਹੈ ਸੂਤਰੀ ਜੀ 3 ਨੰਬਰ ਅਧਿਕਾਰਤ ਅਗਲਾ ਪ੍ਰਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜਾ ਸਕੂਲ ਪਰਿਵਾਰ ਸਮਾਜ ਵਿੱਚ ਸ਼ਮੂਲੀਅਤ ਦੀ ਕਿਸਮ ਨਹੀਂ ਹੈ ਸੂਤਰੀ 4 ਨੰਬਰ ਹਿੱਸਾ ਲੈਣਾ ਅਗਲਾ ਪ੍ਰਸ਼ਨ ਹੈ ਜੀ ਸਿੱਖਿਆ ਸ਼ਾਸਤਰੀ ਅਗਵਾਈ ਕਿਸ ਉੱਪਰ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ ਉਤਰੀ 2 ਨੰਬਰ ਬੱਚਿਆਂ ਦੀ ਸਿੱਖਣ ਦੀ ਯੋਗਤਾ ਤੇ ਅਗਲਾ ਪ੍ਰਸ਼ਨ ਹੈ ਜੀ ਸਿੱਖਿਆ ਸ਼ਾਸਤਰੀ ਅਗਵਾਈ ਕਿਸ ਉੱਪਰ ਸਕਾਰਾਤਮਕ ਨਾਭ ਪਾਉਂਦੀ ਹੈ ਸੇਮ ਪ੍ਰਸ਼ਨ ਆ ਗਿਆ ਬੱਚਿਆਂ ਦੀ ਸਿੱਖਣ ਯੋਗਤਾ ਦੇ ਸੋ ਅਗਲਾ ਪ੍ਰਸ਼ਨ ਹੈ ਜੀ ਹੇਠਾਂ ਲਿਖੀਆਂ ਵਿੱਚੋਂ ਕਿਹੜੀ ਇੱਕ ਅਨੁਕੂਲ ਆਗੂ ਦੀ ਵਿਸ਼ੇਸ਼ਤਾ ਨਹੀਂ ਹੈ ਸੋ ਚਾਰ ਨੰਬਰ ਉੱਤਰ ਲੋਕਾਂ ਦੀ ਗੱਲ ਨਹੀਂ ਸੁਣਨਾ ਸੋ ਇਸ ਤਰ੍ਹਾਂ ਇਹ ਸਾਰੇ ਪ੍ਰਸ਼ਨ ਪੂਰੇ ਹੋਏ ਸੋ ਆਪ ਜੀ ਨੂੰ ਰਿਕਵੈਸਟ ਹੈ ਕਿ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜਿੰਨੀ ਵੀ ਇਨਫੋਰਮੇਸ਼ਨ ਹੋਏਗੀ ਇੱਕਦਮ ਸਭ ਤੋਂ ਪਹਿਲਾਂ ਤੁਹਾਡੇ ਲਈ ਇਸ ਚੈਨਲ ਤੇ ਅਸੀਂ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ